ਨਿਊਜ਼ 22 ਦੇ ਦਰਸ਼ਕਾਂ ਦਾ ਸਵਾਗਤ ਹੈ। ਜ਼ਿਲ੍ਹੇ ਵਿੱਚ ਕੋਰੋਨਾ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਕੋਰੋਨਾ ਦੇ ਕਾਰਨ ਜ਼ਿਲ੍ਹੇ ਵਿੱਚ ਇੱਕ ਮੌਤ ਹੋ ਗਈ ਹੈ ਅਤੇ 5 ਨਵੇਂ ਮਰੀਜ਼ ਸਾਹਮਣੇ ਆਏ ਹਨ। ਉਧਰ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਸੈਂਪਲਿੰਗ ਦਾ ਕੰਮ ਤੇਜ਼ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਇਸ ਕੰਮ ਲਈ ਬਲਾਕ ਸਤਰ ਤੇ 12 ਟੀਮਾਂ ਲਗਾਈਆਂ ਗਈਆਂ ਹਨ ਜੋ ਰੋਜ਼ਾਨਾ 700 ਲੋਕਾਂ ਦੇ ਸੈਂਪਲ ਲੈ ਰਹੀਆਂ ਹਨ। ਦੇਖੋ ਇੱਕ ਨਿਊਜ਼ 22 ਦੀ ਰਿਪੋਰਟ। ਸੈਂਪਲ ਲਏ ਜਾ ਰਹੇ ਕਿੱਥੇ ਕਿੱਥੇ ਸੈਂਪਲ ਲਏ ਜਾ ਰਹੇ ਸੈਂਪਲ ਆਪਾਂ ਜਿੱਥੇ ਜਿੱਥੇ ਪੋਜ਼ਿਟਿਵ ਮਰੀਜ਼ ਆ ਰਿਹਾ ਉੱਥੇ ਜਾ ਕੇ ਆਪਾਂ ਕਲਸਟਰ ਸੈਂਪਲਿੰਗ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿੱਥੇ ਜਿੱਥੇ ਸਾਡੇ ਆਈਸੋਲੇਸ਼ਨ ਸੈਂਟਰ 'ਚ ਮਰੀਜ਼
ਆਉਂਦੇ ਹੁੰਦੇ ਤੇ ਅਸੀਂ ਨਹੀਂ ਸੈਂਪਲ ਦੇਣਾ ਜਾਂ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੋਵੇ। ਕਾਫੀ ਲੋਕ ਹੁੰਦੇ ਪਰ ਉਹਨਾਂ ਨੂੰ ਆਪਾਂ ਆਪਣੇ ਢੰਗ ਨਾਲ ਸਮਝਾ ਕੇ ਕੋਈ ਵੀ ਇੱਕ ਤਰੀਕਾ ਹੁੰਦਾ ਆਪਾਂ ਜਾਂ ਸਾਡੇ ਐਸਐਮਓ ਸਾਹਿਬ ਜਿਸ ਤਰ੍ਹਾਂ ਵੀ ਆ ਕੇ ਉਹਨਾਂ ਨੂੰ ਕਨਵਿੰਸ ਕਰਕੇ ਆਪਾਂ ਸੈਂਪਲ ਲੈ ਲੈਂਦੇ ਹਾਂ ਕਿ ਕਿਉਂਕਿ ਉਹਨਾਂ ਦੇ ਭਲੇ ਲਈ ਹੈਗਾ ਤੇ ਸਾਡੇ ਲਈ ਭਲੇ ਹੈਗਾ ਸਾਰਿਆਂ ਦੇ ਭਲੇ ਲਈ ਹੈਗਾ।